ਇੱਕ ਬੇਨਤੀ ਕਰਾਂ ਕਈ ਵੇਰਾਂ ਜਦੋਂ ਪ੍ਰਚਾਰਕ ਇਹ ਗੱਲ ਕਰਦੇ ਨੇ ਵਿਦਵਾਨ ਪੁਰਸ਼ ਇਹ ਗੱਲ ਸਮਝਾਉਂਦੇ ਨੇ ਕਿ ਗੁਰੂ ਸਾਹਿਬ ਬਾਹ ਫੜਦੇ ਨੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਕਹਿੰਦੇ ਨੇ ਲੈ ਗੁਰੂ ਸਾਹਿਬ ਕਿਵੇਂ ਬਾਹ ਫੜਦੇ ਨੇ ਅਸਾਂ ਤੇ ਵੇਖਿਆ ਨਹੀਂ ਕਦੇ ਗੁਰੂ ਸਾਹਿਬ ਨੇ ਸਾਡੀ ਬਾਹ ਫੜੀ ਹੋਵੇ ਨਹੀਂ ਪਿਆਰਿਓ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਪੰਕਤੀ ਇੱਕ ਸ਼ਬਦ ਦੀ ਵਿਚਾਰ ਉਹ ਵੀ ਗੁਰੂ ਰਾਮਦਾਸ ਜੀ ਦਾ ਹੀ ਬਚਨ ਹੈ ਹੁਣ ਤੁਸੀਂ ਵੇਖਣਾ ਕਿ ਗੁਰੂ ਬਾਹ ਕਿਵੇਂ ਫੜਦਾ ਆਪਣੇ ਜੀਵਨ ਦਾ ਤੁਹਾਡੇ ਅੱਗੇ ਇੱਕਦਮ ਸ਼ੀਸ਼ਾ ਆਇਨਾ ਨਜ਼ਰ ਆ ਜਾਏਗਾ ਕਿ ਗੁਰੂ ਨੇ ਕਦੋਂ-ਕਦੋਂ ਤੁਹਾਡੀ ਬਾਹ ਫੜੀ ਇੱਕ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਧਾਰੋ ਪਾਖਣ ਕਹਿੰਦੇ ਨੇ ਪੱਥਰ ਨੂੰ ਪੱਥਰ ਨੂੰ ਪਾਣੀ ਚ ਪਾਓ ਡੁੱਬ ਜਾਂਦਾ ਬਾਬਾ ਜੀ ਕਹਿੰਦੇ ਨੇ اے ਪ੍ਰਮਾਤਮਾ ਜੀ ਰੱਬ ਜੀ ਖੁਦਾ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ ਮੇਰੇ ਵਰਗੇ ਪੱਥਰ ਨੂੰ ਵੀ ਤਾਰਨਾ ਕਰੋ ਭਾਓ ਮੈਂ ਔਗਣਾ ਦਾ ਭਰਿਆ ਇਹ ਸਾਡੇ ਲਈ ਹੈ ਗੁਰੂ ਸਾਹਿਬ ਤੇ ਸਮਰਥ ਨੇ ਨਾ ਮੈਂ ਔਗਣਾ ਦਾ ਭਰਿਆ ਮੈਂ ਪਾਪਾਂ ਦੀ ਪੰਡ ਇਕੱਠੀ ਕੀਤੀ ਆਪਣੇ ਜੀਵਨ ਵਿੱਚ ਮੇਰੇ ਪਾਪਾਂ ਦਾ ਭਾਰ ਇੰਨਾ ਹੈ ਮੈਂ ਪੱਥਰ ਵਾਂਗ ਇਸ ਦਰਿਆ ਵਿੱਚ ਡੁੱਬ ਰਾਂ ਪਿਆ ਪਿਤਾ ਜੀ ਕਿਰਪਾ ਕਰੋ ਹਰ ਦਇਆ ਪ੍ਰਭ ਧਾਰੋ ਪਾਖਣ ਹਮਤਾਰੋ ਕੱਢ ਲੇ ਬੋਹ ਸ਼ਬਦ ਸੁਭਾਏ ਜੀਓ ਤੁਸੀਂ ਗੁਰਸ਼ਬਦ ਦੀ ਕਲਾ ਵਰਤਾ ਕੇ ਕਿਉਂਕਿ ਸ਼ਬਦ ਵਿੱਚ ਹੀ ਗੁਰੂ ਵਸਦਾ ਹੈ ਪਰਮਾਤਮਾ ਵਸਦਾ ਹੈ ਸ਼ਬਦ ਦੀ ਕਲਾ ਵਰਤਾ ਕੇ ਮੈਨੂੰ ਇਸ ਡੁੱਬਦੇ ਹੋਏ ਬੇੜੇ ਨੂੰ ਮੈਨੇ ਡੁੱਬਦੇ ਹੋਏ ਪਾਪਾਂ ਦੀ ਪੰਡ ਨੂੰ ਬਾਹਰ ਕੱਢਣਾ ਕਰੋ ਅਗਲੀ ਪੰਕਤੀ ਹਾ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇਵੋ ਸ਼ਬਦ ਸੁਭਾਏ ਜੀਓ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਕਹਿੰਦੇ ਮੋਹ ਦੇ ਦਲ ਦਲ ਦੇ ਵਿੱਚ ਮੈਂ ਐਸਾ ਖੱਚਤ ਹੋਇਆ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਭੂਗੋਲ ਪੜ੍ਹੀ ਏ ਕੁਦਰਤ ਦਾ ਸੁਭਾਅ ਜਾਣਦੇ ਨੇ ਦਲਦਲ ਦਾ ਇੱਕ ਸੁਭਾਅ ਏ ਜਿਹੜਾ ਮਨੁੱਖ ਦਲਦਲ ਦੇ ਵਿੱਚ ਫਸ ਜਾਏ ਨਾ ਜਿੰਨਾ ਕੋ ਬਾਹਰ ਆਉਣ ਦਾ ਯਤਨ ਕਰੇ ਉਨਾ ਹੀ ਦਲਦਲ ਉਹਨੂੰ ਅੰਦਰ ਖਿੱਚਦਾ ਤੇ ਮੋਹ ਵੀ ਤੇ ਇਹੀ ਏ ਨਾ ਜਿੰਨਾ ਕੋ ਅਸੀਂ ਮੋਹ ਤੋਂ ਬਾਹਰ ਆਉਣ ਦਾ ਯਤਨ ਕਰਦੇ ਹਾਂ ਧੀਆਂ ਪੁੱਤਰਾਂ ਦਾ ਮੋਹ ਮਾਇਆ ਦਾ ਧਨ ਦਾ ਲੋਭ ਇਹ ਸਭ ਕੀ ਏ ਇਹ ਐਸਾ ਦਲਦਲ ਹੈ ਬਾਬਾ ਜੀ ਕਹਿੰਦੇ ਆ ਨਿਗਰਤ ਹਮ ਜਾਤੇ ਡੁੱਬਦੇ ਪਏ ਆ ਜਿੰਨਾ ਕੋ ਬਾਹਰ ਆਉਣ ਦਾ ਯਤਨ ਕਰਨੇ ਆ ਉਹਨਾਂ ਫੇਰ ਵਿੱਚ ਜਾ ਡਿਗਨੇ ਆ ਤੇ ਕੀ ਕਰੀਏ ਹੁਣ ਗੁਰੂ ਰਾਮਦਾਸ ਜੀ ਪੁਕਾਰ ਕਰਨੀ ਸਿਖਾਉਂਦੇ ਨੇ ਹਰ ਬਾਹਾਂ ਪ੍ਰਭੂ ਪਕੜਾਏ ਜਿਓ ਰੱਬ ਜੀ ਪ੍ਰਮਾਤਮਾ ਜੀ ਮੇਰੀ ਬਾਹ ਫੜੋ ਮੈਨੂੰ ਡੁੱਬਦੇ ਨੂੰ ਬਚਾ ਲਓ ਆ ਹੁਣ ਵੇਖਣਾ ਗੁਰੂ ਬਾਹ ਕਿਵੇਂ ਫੜਦਾ ਅਗਲੀ ਪੰਕਤੀ ਦੇ ਵਿੱਚੋਂ ਤੁਹਾਨੂੰ ਨਜ਼ਾਰਾ ਨਜ਼ਰ ਆਏਗਾ ਹੁਣ ਜਦੋਂ ਅਰਦਾਸ ਕੀਤੀ ਜੋਦੜੀ ਕੀਤੀ ਬੇਨਤੀ ਕੀਤੀ ਹਰ ਬਾਹ ਪ੍ਰਭੂ ਪਕੜਾਈ ਜੀਓ ਤੇ ਹੁਣ ਬਾਹ ਕਿਵੇਂ ਫੜਦਾ ਪ੍ਰਭ ਬਾਹ ਪਕੜਾਈ ਗੁਰੂ ਅਮਰਦਾਸ ਜੀ ਦਾ ਬਚਨ ਪ੍ਰਭ ਬਾਹ ਪਕੜਾਈ ਰੱਬ ਨੇ ਤਰਸ ਕੀਤਾ ਆਪਣੀ ਬਾਹ ਅੱਗੇ ਵਧਾਈ ਡੁੱਬਦੇ ਨੂੰ ਬਚਾਉਣ ਵਾਸਤੇ ਪ੍ਰਭ ਬਾਹ ਪਕੜਾਈ ਹੁਣ ਪਹਿਲੀ ਨਿਸ਼ਾਨੀ ਬਾਹ ਫੜਨ ਦੀ ਆਪਣੇ ਅੰਦਰ ਝਾਤ ਪਾ ਲੈਣਾ ਵੀ ਤੁਹਾਡੀ ਬਾਹ ਗੁਰੂ ਨੇ ਫੜੀ ਕਿ ਨਹੀਂ ਫੜੀ ਪਹਿਲੀ ਬਾਹ ਪਹਿਲੀ ਜਿਹੜੀ ਹੈ ਅਵਸਥਾ ਬਾਹ ਫੜਨ ਦੀ ਪ੍ਰਭ ਮਾਂ ਪਕੜਾਈ ਉੱਤਮ ਮਤ ਪਾਈ ਜੇ ਸਾਡੇ ਅੰਦਰ ਕਿਸੇ ਦੇ ਭਲੇ ਕਰਨ ਦਾ ਚਾਹ ਪੈਦਾ ਹੋ ਗਿਆ ਸਾਡੇ ਅੰਦਰ ਗੁਰੂ ਘਰ ਨਿਤਾ ਪ੍ਰਤੀ ਹਾਜ਼ਰੀ ਲਾਉਣ ਦਾ ਚਾਹ ਪੈਦਾ ਹੋ ਗਿਆ ਜੇ ਸਾਡੇ ਅੰਦਰ ਹੱਥੀਂ ਸੇਵਾ ਕਰਨ ਦਾ ਚਾਹ ਪੈਦਾ ਹੋ ਗਿਆ ਸੱਚੀ ਸੁੱਚੀ ਕਿਰਤ ਕਰਨ ਦਾ ਜਿੰਨੂੰ ਅਸੀਂ ਕਹਿੰਦੇ ਆਏ ਉੱਤਮ ਮਤ ਹੈ ਚੰਗੀ ਮਤ ਹੈ ਜਿਸ ਦਿਨ ਸਾਡੇ ਅੰਦਰ ਚੰਗੀ ਮਤ ਦਾ ਪ੍ਰਕਾਸ਼ ਹੋ ਗਿਆ ਸਮਝ ਲੈਣਾ ਗੁਰੂ ਨਾਨਕ ਨੇ ਸਾਡੀ ਬਾਹ ਫੜ ਲਈਏ ਜੇ ਕੋ ਤੁਹਾਡੇ ਘਰ ਆ ਗਿਆ ਨਾ ਸੱਚ ਦਾ ਹੌਕਾ ਦੇਣ ਗੁਰਨਾਨ ਦੇ ਘਰ ਦੀ ਸੇਵਾ ਮੱਥੇ ਤੇ ਮੱਚੜ ਨਹੀਂ ਸਗੋਂ ਰਸਨਾ ਤੇ ਸਤਕਾਰ ਜੀ ਆਇਆਂ ਨੂੰ ਵੈਲਕਮ ਪਤਾ ਨਹੀਂ ਕਿਹੜਾ ਬਖਸ਼ਿਆ ਹੋਇਆ ਨਿਤਨੇਮੀਆ ਤੁਹਾਡੇ ਘਰ ਆ ਗਿਆ ਇਹ ਮਤ ਸਮਝਣਾ ਕਿ ਸਾਡੇ ਦੇਣ ਨਾਲ ਗੁਰੂ ਘਰ ਦੇ ਕੰਮ ਚੱਲਣਗੇ ਗੁਰੂ ਘਰ ਦੇ ਕੰਮ ਤੇ ਸਦਾ ਚੱਲਦੇ ਰਹਿਣੇ ਨੇ ਅਸਾਂ ਕੇਵਲ ਆਪਣਾ ਹਿੱਸਾ ਪਾਣਾ ਹੈ ਕੇਵਲ ਆਪਣਾ ਯਤਨ ਮਹਾਪੁਰਸ਼ ਜਦੋਂ ਹਰਿਮੰਦਰ ਸਾਹਿਬ ਦੇ ਕੁਝ ਕਮਰੇ ਬਣ ਰਹੇ ਸਨ ਦਰਬਾਰ ਸਾਹਿਬ ਰਿਆਇਸ਼ੀ ਤੇ ਕਾਰ ਸੇਵਾ ਵਾਲੇ ਮਹਾਪੁਰਸ਼ ਮੋਜੀ ਸੁਬਾ ਤੇ ਸੰਗਤ ਕੋਲੋਂ ਮਾਇਆ ਇਕੱਤਰ ਕਰਦਿਆ ਜਿਹੜੇ ਬਾਰ-ਬਾਰ ਕੋਈ ਦੁਕਾਨਦਾਰ ਸਨ ਨਾ ਉਹਨਾਂ ਕੋਲੋਂ ਮਾਇਆ ਇਕੱਠੀ ਕਰ ਰਹੇ ਸਨ ਦਰਬਾਰ ਸਾਹਿਬ ਕਮਰੇ ਬਣਦੇ ਸਨ ਪੁਰਾਣੀ ਗੱਲ ਐ ਸੇਵਾਦਾਰ ਨਾਲ ਨੇ ਤੇ ਕੁਝ ਰਖਸ਼ੇ ਵਾਲੇ ਖਲੋਤੇ ਸਨ ਸਾਈਕਲ ਰੱਖਸ਼ਾ ਵਾਲੇ ਜਿਹੜੇ ਸਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਮਹਾਪੁਰਸ਼ ਪਤਾ ਨਹੀਂ ਕਿਹੜੀ ਮੌਜ ਵਿੱਚ ਆਏ ਤੇ ਰਖਸ਼ਿਆਂ ਵਾਲੇ ਪਾਸੇ ਹੋ ਗਏ ਤੇ ਇੱਕ ਰਖਸ਼ੇ ਵਾਲੇ ਨੂੰ ਕਹਿੰਦੇ ਨੇ ਭਾਈ ਗੁਰੂ ਰਾਮਦਾਸ ਜੀ ਦੇ ਦਰ ਤੇ ਸਰਾਮ ਬਣ ਰਹੀ ਹੈ ਆਪਣੀ ਸੇਵਾ ਪਾ ਤੇ ਉਹਨੇ ਭਲੇ ਟਾਈਮ ਤੇ ਇੱਕ ਚਵਾਨੀ ਆਪਣੀ ਜੇਬ ਚ ਵਿੱਚੋਂ ਕੱਢੀ ਜਿੰਨੇ ਕੋ ਦੀ ਕਦਰ ਸੀ ਗਰੀਬੜਾ ਸੀ ਚਵਾਨੀ ਉਸਨੇ ਮਹਾਪੁਰਸ਼ਾਂ ਦੀ ਝੋਲੀ ਚ ਪਾਈ ਤੇ ਮਹਾਪੁਰਸ਼ ਤਾਂਗੁਰੂ ਰਾਮਦਾਸ ਕਹੇ ਕਿ ਅੱਗੇ ਵਧਣ ਲੱਗੇ ਤੇ ਉਹਨਾਂ ਵਿੱਚੋਂ ਕਿ ਸੇਵਾਦਾਰ ਬੋਲ ਪਿਆ ਜਿਹੜਾ ਮਹਾਪੁਰਸ਼ਾਂ ਦੇ ਨਾਲ ਸੰਗੀ ਸੀ ਨਾ ਸੇਵਾਦਾਰ ਕਹਿਣ ਲੱਗਾ ਮਹਾਪੁਰਸ਼ੋ ਤੁਹਾਡੇ ਇੱਕ ਆਵਾਜ਼ ਤੇ ਲੋਕੀ ਲੱਖਾਂ ਰੁਪਏ দান ਕਰ ਦਿੰਦੇ ਨੇ ਤੇ ਤੁਸੀਂ ਇਹ ਰਖਸ਼ੇ ਵਾਲੇ ਕੋਲੋਂ ਚਵਾਨੀਆਂ ਚਵਾਨੀਆਂ ਇਕੱਠੇ ਕਰ ਰਹੇ ਹੋ ਦੇਖਣਾ ਦੂਰਦ੍ਰਿਸ਼ਟੀ ਕੀ ਹੁੰਦੀ ਕਿਸੇ ਮਹਾਪੁਰਸ਼ ਦੀ ਕਹਿਣ ਲੱਗੇ ਇਹ ਮਿਤਰਾ ਇਹ ਦਰਬੂ RAMDAS ਦਾ ਗੁਰੂ RAMDAS ਸਰਬੱਤ ਦੀਆਂ ਝੋੜੀਆਂ ਭਰਨ ਵਾਲਾ ਸੱਚਾ ਸਮਰਾਟ ਪਾਤਸ਼ਾਹ ਏ ਉਹਦੇ ਦਰ ਤੇ ਕੋਈ ਕਮੀ ਨਹੀਂ ਬੋਲੇ ਉਸ ਉਹ ਨਹੀਂ ਆ ਉਹਦੇ ਦਰ ਤੇ ਕੋਈ ਕਮੀ ਨਹੀਂ ਕਹਿੰਦੇ ਉਹ ਤੇ ਮੈਂ ਜਦੋਂ ਬਾਜ਼ਾਰ ਵਿੱਚੋਂ ਲੰਘ ਰਿਹਾ ਸਾਂ ਮੈਨੂੰ ਰਖਸ਼ੇ ਵਾਲਿਆਂ ਤੇ ਤਰਸ ਆ ਗਿਆ ਇਹ ਗਰੀਬ ਦਿਹਾੜੀ ਕਰਨ ਵਾਲੇ ਹੱਡ ਭਨਵੀ ਮਿਹਨਤ ਕਰਨ ਵਾਲੇ ਮਜ਼ਦੂਰ ਨੇ ਤੇ ਕਹਿੰਦੇ ਨੇ ਇਹਨਾਂ ਦੀ ਚਵਾਨੀ ਦੀ ਵੀ ਜੇ ਇੱਕ ਇੱਟ ਵੀ ਇਹਨਾਂ ਦੇ ਨਾਂ ਦੀ ਗੁਰੂ ਰਾਮਦਾਸ ਦੇ ਦਰ ਤੇ ਲੱਗ ਗਈ ਤੇ ਇਹਨਾਂ ਦੀ ਵੀ ਕੁੱਲਾਂ ਦਾ ਭਲਾ ਹੋ ਜਾਏਗਾ ਮੈਂ ਤੇ ਇਹਨਾਂ ਦੇ ਭਲਾ ਕਰਨ ਵਾਸਤੇ ਕਹਿੰਦੇ ਇਹਨਾਂ ਦੇ ਨਾਂ ਦੀ ਇੱਕ ਇੱਟ ਤੇ ਲੱਗੇਗੀ ਨਾ ਗੁਰੂ ਰਾਮਦਾਸ ਦੇ ਦਰ ਤੇ ਤੇ ਕਹਿੰਦੇ ਇਸ ਰਖਸ਼ੇ ਵਾਲੇ ਮਜ਼ਦੂਰ ਦੀ ਵੀ ਹਾਜ਼ਰੀ ਲੱਗ ਜਾਏਗੀ ਇੱਥੇ ਭਾਈ ਦਾਤੇ ਬਣ ਕੇ ਨਾ ਆਣਾ ਇੱਥੇ ਮੰਗਤੇ ਬਣ ਕੇ ਆਣਾ ਸਤਿਗੁਰੂ ਤੇਰੇ ਕੰਮ ਤਾਂ ਨਿਰਾਲੇ ਨੇ ਵੱਡੇ ਤੋਂ ਵੱਡੇ ਨੇ ਸਾਰੇ ਕੰਮ ਹੋ ਜਾਣੇ ਨੇ ਪਰ ਮੁਝ ਗਰੀਬ ਨੂੰ ਵੀ ਤਰਸ ਕਰਕੇ ਤੂੰ ਸੇਵਾ ਵਿੱਚ ਲਾ ਇਹ ਹੈ ਸ਼ਰਧਾ ਇਹ ਹੈ ਭਵਨਾ ਪਾਂਥੇ ਦੇ بڑے بڑے ਵਿਦਵਾਨ ਨੇ ਬਾਕਮਾਲ ਕਥਾ ਕਰਦੇ ਨੇ ਰੱਬ ਦੀ ਗੱਲ ਐਸੀ ਕਰਦੇ ਨੇ ਕਿ ਰੱਬ ਨੂੰ ਧਰਤੀ ਤੇ ਉਤਾਰ ਕੇ ਤੁਹਾਡੇ ਸਾਹਮਣੇ ਲਿਆ ਖੜਾ ਕਰਦੇ ਨੇ ਪਰ ਮੁਝ ਵਰਗੇ ਗਰੀਬ ਨੂੰ ਜੇ ਸਤਿਗੁਰੂ ਨੇ ਮਾਣ ਦਿੱਤਾ ਮੇਰੇ ਪੱਲੇ ਕੋਈ ਅਕਲ ਨਹੀਂ ਕੋਈ ਸਿਆਣਪ ਨਹੀਂ ਚਤਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਅਸੀਂ ਤਾਂ ਕੇਵਲ ਹਾਜ਼ਰੀ ਲਵਾਉਣ ਆਏ ਕੋਈ ਵਿਦਵਤਾ ਨਹੀਂ ਕੋਈ ਸਿਆਣਪ ਨਹੀਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਕੇ ਫਰਮਾਉਂਦੇ ਨੇ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਕਰਹਲ ਬੇਲ ਰਿਝਾਈ ਰਹਾਉ ਬਾਬਾ ਜੀ ਫਰਮਾਉਂਦੇ ਨੇ ਕਹਿੰਦੇ ਪਰਮੇਸ਼ਵਰ ਤੋਂ ਬਿਨਾ ਮੇਰਾ ਜੀਵਨ ਔਖਾ ਹੈ ਮੇਰੇ ਜੀਵਨ ਦਾ ਇੱਕ ਇੱਕ ਪਲ ਪਰਮੇਸ਼ਵਰ ਦੀ ਯਾਦ ਤੋਂ ਬਿਨਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਬਚਨ ਪੜਦੇ ਹੋਣਾ ਆਖਾਂ ਜੀਵਾਂ ਵਿਸਰਿਆ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖ ਉਤ ਭੁਖੇ ਖਾਏ ਚਲਿਏ ਦੂਖ ਇਹ ਐਸੀ ਭੁਖ ਏ ਇਹ ਕੇਵਲ ਨਾਮ ਦੇ ਨਾਲ ਮਿਟਣੀ ਦੁਨਿਆਵੀ ਪਦਾਰਥਾਂ ਦੇ ਨਾਲ ਨਹੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹੋ ਗੱਲ ਸਮਝਾਉਦੇ ਨੇ ਕਹਿੰਦੇ ਪ੍ਰਮਾਤਮਾ ਦੇ ਦਰਸ ਕੀਤੇ ਆ ਆ ਬਾਣੀ ਪੜਦੇ ਹੋ ਏਕ-ਇਕ ਅੱਖਰ ਦੇ ਵਿੱਚੋਂ ਗੁਰਨਾਨਕ ਪ੍ਰਗਟ ਹੁੰਦਾ ਜੇ ਇਹ ਕੋਈ ਕੇਵਲ ਸ਼ਾਈ ਨਹੀਂ ਕੇਵਲ ਕਾਗਜ਼ ਨਹੀਂ ਇੱਕ ਇੱਕ ਅੱਖਰ ਦੇ ਵਿੱਚ ਉਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਬਾ ਜੀ ਕਹਿੰਦੇ ਪ੍ਰਮਾਤਮਾ ਦੇ دیدار ਕੀਤਿਆ ਮੇਰੇ ਅੰਦਰ ਐਸਾ ਚਾਉ ਪੈਦਾ ਹੁੰਦਾ ਜੈਸੇ ਕਰਹਲ ਬੇਲ ਰਿਝਾਈ ਕਰਹਲ ਕਹਿੰਦੇ ਨੇ ਊਂਠ ਦਾ ਬੱਚਾ ਜਿੰਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਆ ਕੈਮਲ ਕੈਮਲ ਦਾ ਛੋਟਾ ਜਿਹਾ ਬੱਚਾ ਉਹਦੇ ਲਈ ਲਫ਼ਜ਼ ਇਹ ਬਾਣੀ ਵਿੱਚ ਹੋਰ ਵੀ ਕਈ ਥਾਵਾਂ ਤੇ ਲਫ਼ਜ਼ ਆਉਂਦਾ ਕਰਹਲ ਕਹਿੰਦੇ ਜਦੋਂ ਉਹ ਹਰੀ ਅੰਗੂਰੀ ਨੂੰ ਵੇਖਦਾ ਹੈ ਹਰੀ ਬੇਲ ਨੂੰ ਵੇਖਦਾ ਕਿਉਂਕਿ ਊਂਠ ਦਾ ਭੋਜਨ ਹੈ ਹਰੀ ਬੇਲ ਖਾਣਾ ਹਰੇ ਪੱਤੇ ਖਾਣਾ ਤੇ ਕਹਿੰਦੇ ਉਹ ਨਿੱਕਾ ਜਿਹਾ ਬੱਚਾ ਜਦੋਂ ਹਰੀ ਬੇਲ ਨੂੰ ਵੇਖਦਾ ਹੈ ਕਹਿੰਦੇ ਜੋ ਉਹਦੇ ਅੰਦਰ ਉਤਸ਼ਾਹ ਤੇ ਉਮਾ ਪੈਦਾ ਹੁੰਦਾ ਨਾ ਕਿਉਂਕਿ ਉਹਦੇ ਨਾਲ ਉਹਦਾ ਰਜ਼ਕ ਹੈ ਉਹਦਾ ਢਿੱਡ ਭਰਨਾ ਤੇ ਬਾਬਾ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਮੈਂ ਬਾਣੀ ਦੇ ਵਿੱਚੋਂ ਪਰਮਾਤਮਾ ਦੇ ਦਿਦਾਰ ਕਰਦਾ ਮੇਰੇ ਅੰਦਰ ਵੀ ਤ੍ਰਿਪਤੀ ਆਉਂਦੀ ਹੈ ਮੈਂ ਅੰਦਰੋਂ ਤ੍ਰਿਪਤ ਹੋਣਾ ਜੈਸੇ ਕਰਹਲ ਬੇਲ ਰਜਾਈ ਅਗੋਂ ਪਿਤਾ ਜੀ ਫਰਮਾਉਂਦੇ ਨੇ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਮੇਰੇ ਅੰਦਰ ਉਸ ਸੋਹਣੇ ਰੱਬ ਦੇ ਪ੍ਰਤੀ ਭਾਵਨਾ ਸ਼ਰਧਾ ਵਜੋਂ ਮਨ ਵਿੱਚ ਉਦਾਸੀ ਪ੍ਰਗਟ ਹੁੰਦੀ ਇਹ ਉਦਾਸੀ ਉਹ ਨਹੀਂ ਉਦਾਸੀ ਦੇ ਅਰਥ ਬੜੇ ਡੂੰਘੇ ਨੇ ਅਸੀਂ ਸਮਝ ਨਹੀਂ ਸਕੇ ਇੱਕ ਹੁੰਦਾ ਵੀ ਅੱਜ ਮੈਂ ਬੜਾ ਉਦਾਸ ਹਾਂ ਇਹ ਨੈਗੇਟਿਵਿਟੀ ਗੁਰਬਾਣੀ ਨੇ ਸਾਨੂੰ ਕਦੇ ਨੈਗੇਟਿਵਿਟੀ ਨਹੀਂ ਦੱਸੀ ਗੁਰੂ ਨਾਨਕ ਸਾਹਿਬ ਸਾਨੂੰ ਪੋਜ਼ਿਟਿਵਿਟੀ ਨਾਲ ਜੋੜਦੇ ਨੇ ਮੈਂ ਬੜਾ ਦੁਖੀ ਹਾਂ ਮੈਂ ਬੜਾ ਉਦਾਸ ਹਾਂ ਇੱਥੇ ਉਹ ਉਦਾਸੀ ਨਹੀਂ ਇੱਥੇ ਕਿਹੜੀ ਉਦਾਸੀ ਹੈ ਅੰਦਰੋਂ ਪਰਮਾਤਮਾ ਨੂੰ ਮਿਲਣ ਦਾ ਚਾਹ ਗੁਰਮੁਖ ਮਾਇਆ ਵਿੱਚ ਉਦਾਸੀ ਭਾਈ ਗੁਰਦਾਸ ਜੀ ਦਾ ਬਚਨ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅੰਦਰੋਂ ਚਾਹ ਬਣਿਆ ਰਵੇ ਪਰਮਾਤਮਾ ਨੂੰ ਮਿਲਣ ਦਾ ਪਰਿਵਾਰ ਦੇ ਵਿੱਚ ਆ ਪਰਿਵਾਰ ਨੂੰ ਪਾਲਣਾ ਦਸਾਂ ਨੋਹਾਂ ਦੀ ਕੀਰਤ ਕਰਨੀ ਕਾਰੋਬਾਰ ਵੇਖਣੇ ਇਹਦੇ ਨਾਲ ਨਾਲ ਅੰਦਰੋਂ ਇੱਕ ਚਾ ਨਿਤਨੇਮ ਦਾ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਜਿਹੜਾ ਉਤਸ਼ਾਹ ਹੈ ਨਾ ਬਾਣੀ ਵਿੱਚ ਇਹਨੂੰ ਉਦਾਸੀ ਲਫ਼ਜ਼ ਵੀ ਵਰਤਿਆ ਇੱਥੇ ਉਦਾਸੀ ਦਾ ਮਤਲਬ ਇਹ ਨਹੀਂ ਭਈ ਮੈਂ ਪਰੇਸ਼ਾਨ ਨਾ ਮੈਂ ਦੁਖੀ ਹਾਂ ਇੱਥੇ ਉਹ ਉਦਾਸੀ ਨਹੀਂ ਹਮਰਾ ਮਨ ਬੈਰਾਗ ਬਿਰਖਤ ਭਇਓ ਹਰ ਦਰਸ਼ਨ ਮੀਤ ਕੈ ਤਾਈ ਉਸ ਸੋਹਣੇ ਮਿੱਤਰ ਦੇ ਪਰਮਾਤਮਾ ਦੇ ਦਰਸ਼ਨ ਕਰਨ ਲਈ ਅੰਦਰ ਉਮਾਹਾ ਚਾ ਪੈਦਾ ਹੁੰਦਾ ਹੈ ਅਗੋਂ ਸਤਿਗੁਰਾਂ ਨੇ ਇੱਕ ਹੋਰ ਉਦਾਹਰਣ ਦਿੱਤੀ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤਸ ਮੋਹਿ ਹਰ ਬਿਨ ਰਹਿ ਨਾ ਜਾਈ ਅਲ ਕਹਿੰਦੇ ਨੇ ਭਵਰੇ ਨੂੰ ਤੇ ਕਮਲਾ ਪਾਓ ਕਮਲ ਦਾ ਫੁੱਲ ਬਾਣੀ ਦੇ ਵਿੱਚ ਜਦੋਂ ਰੱਬ ਦੇ ਨਾਲ ਪ੍ਰੇਮ ਦੀ ਗੱਲ ਕੀਤੀ ਨਾ ਸਤਿਗੁਰਾਂ ਨੇ ਤੇ ਉਦਾਹਰਣ ਭਵਰੇ ਦੀ ਦਿੱਤੀ ਜੈਸੇ ਅਲ ਕਮਲਾ ਬਿਨ ਰਹਿ ਨ ਸਕਹਿ ਵੇਖਣਾ ਭਵਰੇ ਦਾ ਕਿੰਨਾ ਪਿਆਰ ਹੈ ਫੁੱਲ ਦੇ ਨਾਲ ਖਾਸ ਤੌਰ ਤੇ ਗੱਲ ਕੀਤੀ ਕਵਲ ਫੁੱਲ ਦੀ ਕਮਲ ਦਾ ਫੁੱਲ ਲੋਟਸ ਫਲਾਵਰ ਕਮਲ ਦਾ ਫੁੱਲ ਖਿੜਿਆ ਦੂਕੀ ਤੋਂ ਉਡਾਰੀ ਮਾਰ ਕੇ ਭਵਰਾ ਆਇਆ ਹੈ ਤੇ ਕਮਲ ਦੇ ਫੁੱਲ ਉੱਤੇ ਬੈਠ ਕੇ ਮਕਰੰਦ ਦਾ ਰਸ ਲੈ ਰਿਹਾ ਤੇ ਮਕਰੰਦ ਦਾ ਰਸ ਲੈਂਦਿਆਂ ਐਸਾ ਉਹਦੇ ਵਿੱਚ ਰੁਝਿਆ ਕਿ ਸੰਧਿਆ ਦਾ ਸਮਾਂ ਹੋਇਆ ਤੇ ਸੂਰਜ ਦੇ ਡੁੱਬਣ ਦੇ ਨਾਲ ਜਿਹੜਾ ਕਮਲ ਦਾ ਫੁੱਲ ਹੈ ਨਾ ਉਧੀਆਂ ਪੰਖਣੀਆਂ ਸਮੇਟ ਦਿੱਤੀਆਂ ਕੁਦਰਤ ਨੇ ਪੰਖਣੀਆਂ ਬੰਦ ਹੋ ਗਈਆਂ ਜਿਹੜਾ ਭਵਰਾ ਉਹਦੇ ਵਿੱਚ ਬੈਠਾ ਸੀ ਇੰਨਾ ਮਸਤ ਹੋਇਆ ਕਿ ਉਹ ਅੰਦਰ ਹੀ ਰਹਿ ਗਿਆ ਪੰਖਣੀਆਂ ਜਿਹੜੀਆਂ ਨੇ ਕਮਲ ਫੁੱਲ ਦੀਆਂ ਬੰਦ ਹੋਈਆਂ ਤੇ ਉਹ ਭਵਰਾ ਜਿਹੜਾ ਉਹਦੀ ਥਾਂ ਮੌਤ ਹੋ ਗਈ ਹੁਣ ਭਵਰਾ ਜਾਣਦਾ ਕਿ ਇੱਥੇ ਮੇਰੀ ਮੌਤ ਹੈ ਪਰ ਮੌਤ ਦੀ ਪਰਵਾਹ ਕੀਤੇ ਬਿਨਾ ਉਹ ਕਵਲ ਦੇ ਫੁੱਲ ਤੇ ਮਕਰੰਦ ਦਾ ਰਸ ਲੈਣ ਲਈ ਆਉਂਦਾ ਹੈ ਇਹ ਕੀ ਹੈ ਪ੍ਰੇਮ ਇਹ ਹੈ ਸ਼ਰਧਾ ਇਸੇ ਤਰ੍ਹਾਂ ਗੁਰੂ ਸਾਹਿਬ ਸਮਝਾਉਂਦੇ ਨੇ ਗੁਰੂ ਕੀ ਸਿੱਖਾਂ ਗੁਰੂ ਨਾਨਕ ਦੇ ਪ੍ਰਤੀ ਤੇਰਾ ਇੰਨਾ ਕੋ ਪ੍ਰੇਮ ਹੋਵੇ ਤੇਰੇ ਅੰਦਰ ਐਸਾ ਚਾਅ ਹੋਵੇ ਕਿ ਗੁਰਦਾਨਕ ਦੇ ਚਰਨ ਕਮਲ ਦੇ ਵਿੱਚ ਤੂੰ ਭਵਰਾ ਬਣ ਕੇ ਆਉਣਾ ਤੇ ਅੰਦਰੋਂ ਇੱਕ ਇੱਛਾ ਹੋਵੇ ਕਿ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਰਹਿਮਤ ਤੇ ਬਖਸ਼ਿਸ਼ ਦੇ ਨਾਲ ਮੈਂ ਸਦਾ ਲਈ ਇਨ੍ਹਾਂ ਚਰਨਾਂ ਦਾ ਭਵਰਾ ਬਣ ਕੇ ਇੱਥੇ ਹੀ ਟਿਕ ਜਾਵਾਂ ਜੈਸੇ ਅਲ ਕਮਲਾ ਬਿਨ ਰਹਿ ਨ ਸਕੈ ਤੈਸ ਮੋਹੇ ਹਰ ਬਿਨ ਰਹਿ ਨ ਜਾਈ ਇਸੇ ਤਰ੍ਹਾਂ ਹੁਣ ਰੱਬ ਦੀ ਯਾਦ ਤੋਂ ਬਿਨਾ ਪਰਮੇਸ਼ਵਰ ਦੀ ਹੋਂਦ ਤੋਂ ਬਿਨਾ ਪਰਮੇਸ਼ਵਰ ਦੀ ਹੋਂਦ ਤੇ ਹਰ ਥਾਈ ਹੈ ਤੂੰ ਸਭ ਨਹੀਂ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ ਬਾਣੀ ਦਾ ਬਚਨ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਦ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਦੋ ਜੀਆ ਹਰ ਥਾਂ ਤੇ ਰਮਿਆ ਹੋਇਆ ਹਰ ਥਾਂ ਤੇ ਵਸਿਆ ਹੋਇਆ ਕਈ ਵੇਰਾਂ ਲੋਕੀ ਇੱਕ ਸਵਾਲ ਪੁੱਛ ਲੈਂਦੇ ਨੇ ਜਿਨ੍ਹਾਂ ਨੇ ਬਾਣੀ ਨਹੀਂ ਪੜੀ ਜਿਨ੍ਹਾਂ ਨੂੰ ਗੁਰਮਤਿ ਦਾ ਗਿਆਨ ਨਹੀਂ ਜਾ ਇਹ ਕਹ ਲੋ ਜਿਹੜੇ ਦੁਨੀਆ ਦੀਆਂ ਚਾਰ ਕਿਤਾਬਾਂ ਵੱਧ ਪੜ ਗਏ ਨੇ ਜਿਨ੍ਹਾਂ ਨੂੰ ਬਹੁਤੀ ਐਜੂਕੇਸ਼ਨ ਦਾ ਮਾਣ ਹੈ ਕਈ ਆਖਦੇ ਨੇ ਰੱਬ ਹੈ ਹੀ ਨਹੀਂ ਦੀ ਰੱਬ ਕਿੱਥੇ ਆ ਦੱਸੋ ਆ ਪਿਛਲੇ ਦਿਨੀ ਦਾਸ ਐਮਪੀ ਦਾ ਕੋਈ ਸ਼ਹਿਰ ਚਲੋ ਨਾਂ ਨਹੀਂ ਲਈਦਾ ਸ਼ਹਿਰ ਦਾ ਤਿੰਨ ਦਿਨ ਦੀ ਹਾਜ਼ਰੀ ਸੀ ਤੇ ਉਥੇ ਕੁਦਰਤੀ ਪ੍ਰਕਰਣ ਲੱਗਾ ਵੀ ਰੱਬ ਹਰ ਥਾਂ ਤੇ ਵਸਿਆ ਘਟ ਘਟ ਮੇ ਹਰ ਜੂ ਬਸੇ ਸੰਤਨ ਕੋਇ ਪੁਕਾਰ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ ਤੇ ਬਾਹਰ ਆ ਕੇ ਇੱਕ ਨੌਜਵਾਨ ਬੱਚਾ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਹਰ ਥਾਂ ਤੇ ਰੱਬ ਵਸਿਆ ਹੈ ਕਿੱਥੇ ਰੱਬ ਤੁਸੀਂ ਕਹਿੰਦੇ ਹੋ ਹਰ ਥਾਂ ਤੇ ਰੱਬ ਨੇ ਆਸਣ ਲਾਇਆ ਕਿੱਥੇ ਰੱਬ ਦਾ ਆਸਣ ਪ੍ਰਬੰਧਕ ਵੀ ਮੇਰੇ ਆਸ-ਪਾਸ ਕੋ 4-5 ਖਲੋਤੇ ਸਨ ਪਿਆਰ ਦੇ ਵਿੱਚ ਤੇ ਮੈਂ ਉਸ ਨੌਜਵਾਨ ਬੱਚੇ ਨੂੰ ਬੇਨਤੀ ਕੀਤੀ ਮੈਂ ਕਿਹਾ ਬੇਟਾ ਰੱਬ ਦਾ ਆਸਣ ਵੇਖਣਾ ਕਹਿੰਦਾ ਹਾਂ ਜੀ ਰੱਬ ਦਾ ਆਸਣ ਮੈਂ ਕਹਿਆ ਜੇ ਵੇਖਣਾ ਨਾ ਰੱਬ ਦਾ ਆਸਣ ਫਿਰ ਸੰਗਤ ਵਿੱਚ ਆ ਸੁਣ ਆਸਣ ਤੇ ਆ ਸੁਣ ਕੇਵਲ ਇੱਕ ਮਾਤਰਾ ਦਾ ਫਰਕ ਹੈ ਮੈਂ ਕਹਿਆ ਸੰਗਤ ਵਿੱਚ ਆ ਸੰਗਤ ਵਿੱਚ ਬੈਠ ਪ੍ਰਮਾਤਮਾ ਦਾ ਜਸ ਗਾਇਨ ਕਰ ਪ੍ਰਮਾਤਮਾ ਦੀ ਉਸਤਤ ਨੂੰ ਸੁਣ ਜਿਸ ਦਿਨ ਪ੍ਰਮਾਤਮਾ ਦੀ ਉਸਤਤ ਸੁਣਨ ਦੀ ਜਾਂਚ ਆ ਗਈ ਨਾ ਸਾਨੂੰ ਸੁਣਨ ਦੀ ਇਹ ਜਾਂਚ ਨਹੀਂ ਜਾਈ ਇੱਕ ਕੰਨ ਸੁਣ ਰਹੇ ਨੇ ਜੇ ਹਿਰਦੇ ਦੀਆਂ ਗਹਿਰਾਈਆਂ ਵਿੱਚ ਇਹ ਬਚਨ ਨਹੀਂ ਨਾ ਬੈਠੇ ਤੇ ਅਜੇ ਅਸੀਂ ਸੁਣਿਆ ਨਹੀਂ ਅਸੀਂ ਇੱਕ ਸੁਣਿਓ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦਿੱਤਾ ਤਾਂ ਹੀ ਤਾਂ ਸਾਡੇ ਹਾਲਾਤ ਹੋ ਜੇ ਨੇ ਇੱਥੇ ਬੈਠ ਕੇ ਸੁਣਨੇ ਆ ਬਾਹਰ ਜਾਣ ਤੱਕ ਜੋੜੇ ਪਾਣ ਤੱਕ ਯਾਦ ਨਹੀਂ ਰਹਿੰਦਾ ਵੀ ਅਸੀਂ ਬਚਨ ਸੁਣ ਕੇ ਕਿਹੜੇ ਆਏ ਮੈਂ ਕਿਹਾ ਜੇ ਵੇਖਣਾ ਨਾ ਰੱਬ ਦਾ ਆਸਣ ਤੇ ਆ ਸੁਣ ਕਿਉਂਕਿ ਸੁਣਿਆ ਭਲਾ ਹੋਣਾ ਸੁਣਿਆ ਮੰਨਿਆ ਮਨ ਕੀਤਾ ਪਾਓ ਜੇ ਸੁਣਿਆ ਨਹੀਂ ਤੇ ਮੰਨਾਂਗੇ ਕਿਵੇਂ ਜੇ ਮੰਨਿਆ ਨਹੀਂ ਤੇ ਰੱਬ ਕਿਵੇਂ ਪ੍ਰਾਪਤ ਹੋਏਗਾ ਤਨ ਬਾਬਾ ਨਾਨ ਸਿੰਘ ਜੀ ਕਲੇਰਾ ਵਾਲੇ ਮਹਾਪੁਰਸ਼ ਇੱਕ ਜ਼ਿਕਰ ਸਾਹਮਣੇ ਆ ਗਿਆ ਸਹਿਲ ਸੁਭਾਏ ਇੱਕ ਵੇਰਾਂ ਕੋਈ ਨੌਜਵਾਨ ਬੱਚਾ ਨਾਨਕਸਰ ਆਇਆ ਬਾਬਾ ਜੀ ਮੈਂ ਸੁਣਿਆ ਹੈ ਕਿ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ। ਬਾਬਾ ਨਾਨਸ ਸਿੰਘ ਜੀ ਮੁਸਕਰਾਉਣ ਲੱਗ ਪਏ। ਕਿਉਂਕਿ ਜਿਨ੍ਹਾਂ ਨੇ ਕੀਤੇ ਨੇ ਉਹ ਫਿਰ ਪ੍ਰਗਟ ਨਹੀਂ ਕਰਦੇ। ਇਹ ਤਾਂ ਗੁਪਤ ਖੇਡਾਂ ਨੇ। ਦੂਜੀ ਤੀਜੀ ਵਾਰ ਫੇਰ ਬੇਨਤੀ ਕੀਤੀ, "ਬਾਬਾ ਜੀ ਮੈਂ ਸੁਣਿਆ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਮੈਨੂੰ ਵੀ ਕਰਾਓ।" ਚੌਥੀ ਪੰਜਵੀਂ ਵਾਰ ਬਜਨ ਕੀਤੇ, "ਜੀ ਸੁਣਿਆ ਤੁਸੀਂ ਗੁਰੂ ਨਾਨਕ ਦੇ دیدار ਕੀਤੇ ਨੇ, ਮੈਨੂੰ ਵੀ ਕਰਾਓ।" ਜਦੋਂ 6-7 ਵਾਰੀ بار-बार ਇੱਕੋ ਗੱਲ ਕਹੀ ਨਾ, ਬਾਬਾ ਜੀ ਪੁੰਜੇ ਬਹਿ ਗਏ। ਇਨੇ ਬਹਿ ਜਾ ਕਾਕਾ ਕੋਲ ਬਹਿ ਗਿਆ ਕਿੰਨੀਆਂ ਪੜਿਆ ਬਾਬਾ ਜੀ ਮੈਂ 14 ਕਲਾਸਾਂ ਪੜਿਆ ਅਸੀਂ ਅੱਜ ਕੱਲ ਬੀ ਐਮ ਐ ਕਹਿ ਦਿੰਦੇ ਆ ਅੱਗੇ ਹੁੰਦਾ ਸੀ 12 ਕਲਾਸਾਂ ਪੜਿਆ 14 ਪੜਿਆ 16 ਪੜਿਆ ਕਿੰਨੀਆਂ ਪੜਿਆ ਬਾਬਾ ਜੀ ਮੈਂ 14 ਕਲਾਸਾਂ ਪੜਿਆ ਬਾਬਾ ਜੀ ਕਹਿੰਦੇ ਸਾਡੇ ਕੋਲ ਬਹੁਤਾ ਸਮਾਂ ਨਹੀਂ ਕੇਵਲ 5 ਮਿੰਟ ਦਾ ਸਮਾਂ ਅਸੀਂ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਹਾਜ਼ਰੀ ਲਵਾਉਣੀ ਏ ਕੇਵਲ 5 ਮਿੰਟ ਦਾ ਸਮਾਂ ਤੇ ਸਾਨੂੰ 14 ਕਲਾਸਾਂ ਪੜਾ ਦੇ ਬਾਬਾ ਜੀ ਕਿਉਂ ਦੀ ਗੱਲ ਕਰਦੇ ਹੋ 50 ਮਿੰਟਾਂ ਵਿੱਚ ਭਲਾ ਕੋਈ 14 ਕਲਾਸਾਂ ਦੀ ਪੜ੍ਹਾਈ ਕਿਵੇਂ ਕਰਾ ਸਕਦਾ ਬਾਬਾ ਜੀ ਹਸਣ ਲੱਗ ਪਏ ਕੀ ਪੁੱਛਿਆ ਸੀ ਕਿ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਡਿਠਾ ਮੈਨੂੰ ਵੀ ਦਿਖਾਓ ਬਾਬਾ ਜੀ ਕਹਿੰਦੇ ਜੇ 50 ਮਿੰਟਾਂ ਵਿੱਚ 14 ਕਲਾਸਾਂ ਦੀ ਪੜ੍ਹਾਈ ਨਹੀਂ ਕਰਾਈ ਜਾ ਸਕਦੀ ਤੇ ਮੈਂ ਤੈਨੂੰ 1 ਮਿੰਟ ਦੇ ਵਿੱਚ 100 ਜਨਮਾਂ ਦੀ ਪੜ੍ਹਾਈ ਕਿਵੇਂ ਕਰਾ ਦਿਆ ਇਹ ਗੁਰਨਾਨਕ ਨੂੰ ਡਿਠਾ ਕੋਈ ਛੋਟੀ ਕਮਾਈ ਇਹ ਜਨਮਾਂ ਜਨਮਾਂ ਦੀ ਕਮਾਈ ਇਕੱਠੀ ਹੋਵੇ ਤਾਂ ਗੁਰੂ ਨਾਨਕ ਦੇ ਦیدار ਹੁੰਦੇ ਨੇ ਆ ਦਰਸ਼ਨ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੇ ਪਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਉਹ ਕੋਈ ਵਿਰਲਾ ਹੀ ਹੋਵੇਗਾ ਜਿਨੇ ਮੰਨ ਲਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਕੋਈ ਵਿਰਲਾ ਹੀ ਹੈ ਪੜਨ ਵਾਲੇ ਭਾਵੇਂ ਸਾਰੇ ਨੇ ਸਾਰੇ ਪੜ ਰਹੇ ਆ ਨਿਤਾ ਪ੍ਰਤੀ ਇਹ ਬਚਨ ਪਰ ਗੁਰਬਾਣੀ ਦੇ ਵਿੱਚੋਂ ਗੁਰਦਾਨਕ ਦੇ ਦیدار ਬੈਲਾ ਵੀ ਕਿਵੈਰਾ ਬੇਨਤੀ ਕੀਤੀ ਸੀ ਸਤਸੰਗਿਓ ਜਦੋਂ ਪੜਦੇ ਹੋ ਨਾ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਜਦੋਂ ਪੜਦੇ ਹੋ ਇੱਕ ਤੇ ਹੈ ਪੜੀ ਜਾਣਾ ਮੁਬਾਰਕ ਹੈ ਪਰ ਇੱਕ ਹੁੰਦਾ ਹੈ ਅੰਦਰ ਭਾਵਨਾ ਹੋਵੇ ਇਹ ਉਹ ਅੱਖਰ ਨੇ ਜਿਹੜੇ ਕਦੇ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਪ੍ਰਗਟ ਹੋਏ ਸਨ ਇਹ ਉਹ ਅੱਖਰ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਨਿਤਨੇਮ ਦੇ ਰੂਪ ਵਿੱਚ ਰੋਜ਼ ਪੜਿਆ ਕਰਦੇ ਸਨ ਇਹ ਉਹ ਅੱਖਰ ਨੇ ਜਿਹੜੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਸਮੇਂ ਅੰਮ੍ਰਿਤ ਵੇਲੇ ਜਿਹੜੀਆਂ ਅੰਮ੍ਰਿਤ ਤਿਆਰ ਕਰਨ ਸਮੇਂ ਪੰਜ ਬਾਣੀਆਂ ਪੜੀਆਂ ਸਨ ਇਹੋ ਜਪਜੀ ਸਾਹਿਬ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਵੀ ਕੀਤਾ ਸੀ ਭਾਉ ਕਹਿਣ ਦਾ ਮਤਲਬ ਕਿ ਇੱਕ ਇੱਕ ਅੱਖਰ ਦੇ ਵਿੱਚੋਂ ਪ੍ਰਤੱਖ ਗੁਰਨਾਨਕ ਦੇ ਦੇਦਾਰ ਇੱਕ ਇੱਕ ਅੱਖਰ ਦੇ ਵਿੱਚੋਂ ਇਹ ਖੇਡ ਤਾਂ ਬਣੇਗੀ ਇਹ ਤਾਂ ਕਲਾ ਵਰਤੇਗੀ ਜਦੋਂ ਭਾਵਨਾ ਦੇ ਨਾਲ ਬਾਣੀ ਪੜਾਂਗੇ ਰੱਬ ਤੁਹਾਡੇ ਮਾਇਆ ਦਾ ਭੁੱਖਾ ਨਹੀਂ ਇਹ ਤਾਂ ਉਹਨੇ ਦਿੱਤੀ ਸਾਡਾ ਕੀ ਰੱਬ ਕਿਹਦਾ ਭੁੱਖਾ ਹੈ ਰੱਬ ਨੂੰ ਵੀ ਭੁੱਖ ਲੱਗਦੀ ਜੇ ਆ ਕਿਸੇ ਨੂੰ ਕਹੀਏ ਨਾ ਤੂੰ ਤਾਂ ਮੇਰੇ ਹੀ ਭੁੱਖਾ ਹੈ ਸਾਹਮਣੇ ਵਾਲਾ ਨਾਰਾਜ਼ ਹੋ ਜਾਂਦਾ ਹੈ ਉਹ ਸਾਡੀਆਂ 4 ਪੁੱਤਾਂ ਤੱਕ ਜਾਂਦਾ ਵੀ ਤੇਰੀਆਂ ਦੇ 4 ਪੁੱਤਾਂ ਭੁੱਖੀਆਂ ਨੇ ਤੂੰ ਤੇ ਮੈਨੂੰ ਭੁੱਖਾ ਗਿਆ ਲੜਨ ਨੂੰ ਪੈਂਦਾ ਪਰ ਭਾਈ ਗੁਰਦਾਸ ਜੀ ਨੇ ਪਤਾ ਕੀ ਬਚਨ ਕੀਤਾ ਮੇਰੇ ਨਾਲ ਨਾਲ ਪੜਿਓ ਸਮਾਂ ਘਟੇ ਇੱਕ ਪੰਕਤੀ ਤਾਂ ਜੇ ਤੁਸੀਂ ਵੀ ਸੁਚੇਤ ਹੋਵੋ ਭਾਉ ਭਗਤ ਦਾ ਭੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ ਪਾਉ ਭਗਤ ਦਾ ਭੁਖਾ ਗੋਬਿੰਦ ਪਾਉ ਭਗਤ ਦਾ ਭੁਖਾ ਪੈਸਾ ਫਰਮਾਉਂਦੇ ਨੇ ਰੱਬ ਨੂੰ ਤੁਹਾਡੇ ਪਦਾਰਥਾਂ ਦੀ ਭੁੱਖ ਨਹੀਂ ਤੁਹਾਡੀ ਮਾਇਆ ਦੀ ਭੁੱਖ ਨਹੀਂ ਤੁਸੀਂ ਗੋਲ ਗਿਚ ਕੀ ਪਾਇਆ ਹੈ ਰੱਬ ਨੂੰ ਇਹਦੀ ਭੁੱਖ ਨਹੀਂ ਉਹਦਾ ਉਹਦਾ ਦਿੱਤਾ ਆਇਆ ਹੈ ਰੱਬ ਨੂੰ ਭੁੱਖ ਕੇਵਲ ਇਹ ਹੈ ਵੀ ਮੇਰੇ ਸਿੱਖ ਦੇ ਅੰਦਰ ਮੇਰੇ ਪ੍ਰਤੀ ਭਾਵਨਾ ਪ੍ਰਗਟ ਹੋਵੇ ਇਹ ਭਾਵਨਾ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੱਬ ਨੂੰ ਲੱਭਿਆ ਜਾ ਸਕਦਾ ਹੈ ਰੱਬ ਨੂੰ ਪਛਾਣਿਆ ਜਾ ਸਕਦਾ ਹੈ ਸੋ ਸਤਗੁਰੂ ਬਚਨ ਕਰਕੇ ਫਰਮਾਉਂਦੇ ਨੇ ਹੁਣ ਵੇਖਣਾ ਪਹਿਲਾਂ ਸਤਗੁਰਾਂ ਨੇ ਪੁਕਾਰ ਕੀਤੀ ਗੁਰੂ ਰਾਮਦਾਸ ਜੀ ਨੇ ਕਿ ਮੇਰੇ ਅੰਦਰ ਉਸ ਸੋਹਣੇ ਰੱਬ ਨੂੰ ਮਿਲਣ ਦੀ ਪ੍ਰਾਪਤ ਕਰਨ ਦੀ ਬੇਬਲਤਾ ਤੇ ਐਗਜ਼ਾਮਪਲ ਦਿੱਤੀ ਊਂਠ ਦੀ ਕੈਮਲ ਦੀ ਤੇ ਐਗਜ਼ਾਮਪਲ ਦਿੱਤੀ ਭਵਰੇ ਦੀ ਪਰ ਹੁਣ ਸਤਗੁਰੂ ਇਸ ਪਵਨ ਪੰਕਤੀ ਦੇ ਵਿੱਚ ਜਿੱਥੇ ਜਗਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉੱਥੇ ਜੋਦੜੀ ਕਰਦਿਆਂ ਸਤਿਗੁਰੂ ਫਰਮਾਉਂਦੇ ਨੇ ਰਾਖ ਸਰਣ ਜਗਦੀਸ਼ਰ ਪਿਆਰੇ हे ਰਬ ਰੂਪ ਪ੍ਰਮਾਤਮਾ ਜੀ हे ਮੇਰੇ ਸੁੰਦਰ ਜਗਦੀਸ਼ ਜਗਦੀਸ਼ ਰਫਤ ਬੜਾ ਪਿਆਰਾ ਜੀ ਜਗ ਕਹਿੰਦੇ ਨੇ ਸੰਸਾਰ ਨੂੰ ਦੁਨੀਆ ਨੂੰ ਤੇ ਦੀਸ ਕਹਿੰਦੇ ਨੇ ਦੇਣ ਵਾਲਾ ਜਗਤ ਦੇ ਸਾਰੇ ਮਨੁੱਖਾਂ ਨੂੰ ਰਿਜ਼ਕ ਦੇਣ ਵਾਲਾ ਜਗਦੀਸ ਕਈ ਵਾਰੀ ਅਸੀਂ ਕਹਿੰਨੇ ਆ ਜੀ ਇਹ ਤੇ ਕ੍ਰਿਸ਼ਨ ਜੀ ਦਾ ਨਾਮ ਹੈ ਆ ਗੋਪਾਲ ਲਫ਼ਜ਼ ਜਦੋਂ ਬਾਣੀ ਜਾਵੇ ਨਾ ਕਹਿੰਨੇ ਆ ਜੀ ਇਹ ਦੇਖੋ ਜੀ ਦੁਆਪਰ ਦੇ ਅਵਤਾਰ ਉਹਨਾਂ ਦਾ ਵੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਗੋਪਾਲ ਦਾ ਅਰਥ ਕੀ ਹੈ ਗੋ ਕਹਿੰਦੇ ਨੇ ਧਰਤੀ ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲਾ ਧਰਤੀ ਦੇ ਸਮੁੱਚੇ ਜੀਵਾਂ ਦੀ ਪਾਲਣਾ ਕਰਨ ਵਾਲਾ ਗੋਪਾਲ ਪੜਦੇ ਆ ਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਇਸੇ ਤਰ੍ਹਾਂ ਜਗਦੀਸ਼ ਲਫ਼ਜ਼ ਹੈ ਜਗਤ ਦੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਰਾਖ ਸ਼ਰਣ ਜਗਦੀਸ਼ਰ ਪਿਆਰੇ ਏ ਮੇਰੇ ਪਰਮਾਤਮਾ ਪਿਆਰੇ ਮੈਨੂੰ ਆਪਣੀ ਸ਼ਰਣ ਵਿੱਚ ਰੱਖਣਾ ਕਰ ਮੋਹੇ ਸਰਦਾ ਪੂਰ ਹਰ ਗੁਸਾਈ ਮੇਰੀ ਸਰਦਾ ਪੂਰਨ ਹੋਵੇ ਤੇਰੀ ਕਿਰਪਾ ਵਰਤੇ ਤੇਰੀ ਦਿਆਲਤਾ ਦੇ ਨਾਲ ਹੀ ਮੇਰੇ ਜੀਵਨ ਵਿੱਚ ਇਹ ਪ੍ਰਕਾਸ਼ ਹੋਣਾ ਹਰ ਸਰਦਾ ਪੂਰ ਜਗ ਜੀਵਨ ਦਾਤੇ ਉਹ ਲਫ਼ਜ਼ ਸਤਿਗੁਰੂ ਇੱਥੇ ਫਰਮਾਉਂਦੇ ਨੇ ਮੋਹੇ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਕਈ ਥਾਵਾਂ ਤੇ ਜਿਵੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਧ ਵਿਸਰਾਮ ਕਿੱਥੇ ਵੀ ਨਹੀਂ ਲੱਗਾ ਪਰ ਬਾਣੀ ਪੜਨ ਵੇਲੇ ਸਾਨੂੰ ਅਰਧ ਵਿਸਰਾਮ ਲਾ ਕੇ ਸੋਝੀ ਹੋਏਗੀ ਜਿਵੇਂ ਹੁਣ ਇਹ ਬਚਨ ਪੜਿਆ ਨਾ ਜਨ ਨਾਨਕ ਕੈ ਮਨ ਇਥੇ ਅਰਥ ਬਿਸਰਾਮ ਲਗੇਗਾ ਕਈ ਥਾਵਾਂ ਤੇ ਆਨੰਦ ਲਫ਼ਜ਼ ਜਿਹੜਾ ਆਨੰਦ ਦੇ ਉੱਤੇ ਟਿੱਪੀ ਲਾਣੀ ਪਏਗੀ ਬੇਨਤੀ ਕਰਾਂ ਜੇ ਕਈ ਥਾਵਾਂ ਤੇ ਬਿੰਦੀ ਜਾਂ ਟਿੱਪੀ ਨਹੀਂ ਨਾ ਲਾਉਗੇ ਅਰਥ ਦੇ ਅਨਰਥ ਹੋ ਜਾਣਗੇ ਜਿਵੇਂ ਅਸੀਂ ਬਾਣੀ ਵਿੱਚ ਇੱਕ ਲਫ਼ਜ਼ ਪੜਨੇ ਆ ਸ਼ਿੰਗਾਰ ਹੁਣ ਜੇ ਬਿੰਦੀ ਲਾਉਗੇ ਤੇ ਅਰਥ ਸਮਝ ਆਏਗਾ ਸ਼ਿੰਗਾਰ ਜਿਹੜਾ ਸ਼ਿੰਗਾਰ ਜਿਹੜਾ ਹੈ ਜੀਵ ਨੇ ਕਿਹੜਾ ਸ਼ਿੰਗਾਰ ਕਰਨਾ ਹੈ ਆ ਸਾਡੀਆਂ ਮਾਤਾਵਾਂ ਧੀਆਂ ਪੈਣਾ ਇੱਕ ਸ਼ਿੰਗਾਰ ਕਰਦੀਆਂ ਨੇ ਕੋਸਮੈਟਿਕਸ ਯੂਜ਼ ਕਰਦੀਆਂ ਨੇ ਗੁਰਮਤ ਦੇ ਵਿੱਚ ਕਿਹੜੇ ਕੋਸਮੈਟਿਕਸ ਵਰਤਣੇ ਨੇ ਕਿਵੇਂ ਸ਼ਿੰਗਾਰ ਕਰਨਾ ਇਹ ਹੈ ਲਫ਼ਜ਼ ਸ਼ਿੰਗਾਰ ਲੇਕਿਨ ਬਿੰਦੀ ਨਹੀਂ ਲੱਗੀ ਟਿੱਪੀ ਨਹੀਂ ਲੱਗੀ ਜੇ ਆਪਾਂ ਬਿਨਾਂ ਟਿੱਪੀ ਦੇ ਪੜਾਂਗੇ ਸਿਗਾਰ ਤੇ ਸਿਗਾਰ ਇੱਕ ਭੈੜਾ ਲਫ਼ਜ਼ ਹੈ ਜੋ ਤੰਬਾਕੂ ਨਾਲ ਸੰਬੰਧਤ ਹੈ ਜਿਹੜੇ ਤੰਬਾਕੂ ਪੀਂਦੇ ਨੇ ਜਿਹੜੇ ਇਹ ਜਗਤ ਜੂਠ ਪੀਂਦੇ ਨੇ ਉਹਦੇ ਵਿੱਚ ਇੱਕ ਕੈਟਾਗਰੀ ਹੈ ਸਿਗਾਰ ਸ਼ਿੰਗਾਰ ਪੀਣਾ ਤੇ ਇੱਥੇ ਇਸ ਕਰਕੇ ਸਾਨੂੰ ਬਿੰਦੀ ਲਾ ਕੇ ਸ਼ਿੰਗਾਰ ਪੜਨਾ ਪਏਗਾ ਨਹੀਂ ਤੇ ਅਰਥ ਦੇ ਅਨਰਥ ਹੋ ਜਾਣਗੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਏ ਸਤਿਗੁਰ ਦੇਵਾਲ ਜੀ ਬਖਸ਼ਿਸ਼ ਕਰਕੇ ਆਪਣੇ دیدار ਬਖਸ਼ ਕੇ ਕਿਰਤਾਰਥ ਕਰੋ ਨਾ ਇੱਕ ਨਿਮਖ ਮਾਤਰ ਇੱਕ ਖਿੰਨ ਮਾਤਰ ਇੱਕ ਪਲਕ ਦੇ ਚਮਕਣੇ ਵਿੱਚ ਕਿਤੇ ਤੁਹਾਡੇ دیدار ਹੋ ਜਾਣ ਸਦਾ ਲਈ ਮੇਰਾ ਜੀਵਨ ਸਫਲ ਹੋ ਜਾਏ ਸੋ ਇਹਨਾਂ ਪਾਵਨ ਬਚਨਾਂ ਦੇ ਰਹੀਂ ਮੇਰੇ ਸਤਿਗੁਰ ਦੀਨदयाल ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਜਗਤ ਜੀਵਾਂ ਨੂੰ ਪ੍ਰਮਾਤਮਾ ਦੇ ਮਾਰਗ ਤੇ ਤੁਰਨ ਦੀ ਸੱਚੀ ਤੇ ਸੁੱਚੀ ਪ੍ਰੇਰਣਾ ਬਖਸ਼ਿਸ਼ ਕਰਦੇ ਨੇ ਆਓ ਇੱਕ ਵੇਰਾ ਇਹ ਪੰਕਤੀ ਪੜ ਕੇ ਫਿਰ ਫਤਿਹ ਬੁਲਾਉਨੇ ਆ ਸੰਗਤ ਨੇ ਅਜੇ ਹਿਲਜੁਲ ਨਹੀਂ ਕਰਨੀ ਕਿਉਂਕਿ ਫਤਿਹ ਬੁਲਾਉਣ ਤੋਂ ਬਾਅਦ ਕੈਮਰਾ ਬੰਦ ਹੋ ਜਾਏਗਾ ਤੇ ਇੱਕ ਦੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਇਹ ਪੰਕਤੀ ਪੜ ਕੇ ਫਿਰ ਸਮਾਪਤੀ ਕਰੀਏ ਜੀ ਰਾਖ ਸਰਣ ਜਗਦੀਸ਼ਰ ਪਿਆਰੇ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕਹਿ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ